ਗੋਬੀ ਜੀ, ਰਾਜਾ ਵੜਿੰਗ ਜਿਹੜੇ ਹੈਗੇ ਨੇ ਉਹ ਕਿਹਾ ਜਾ ਰਿਹਾ ਕਾਂਗਰਸ ਤੋਂ ਲੁਧਿਆਣਾ ਸੀਟ ਤੋਂ ਉਕਾੜੇ ਜਾ ਰਹੇ ਨੇ, ਅਤੇ ਇਸ ਚੀਜ਼ ਨੂੰ ਲੈ ਕੇ ਆਮ ਆਦਮੀ ਪਾਰਟੀ ਕਿਸ ਤਰ੍ਹਾਂ ਦੇਖਦੀ? ਦੇਖੋ ਜੀ, ਸਾਡੇ ਵੱਲੋਂ ਰਾਜਾ ਵੜਿੰਗ ਛੱਡ ਕੇ ਰਾਹੁਲ ਗਾਂਧੀ ਜੀ ਆਏ, ਕਿਉਂਕਿ ਲੁਧਿਆਣੇ ਦੇ ਲੋਕ ਮਨ ਬਣਾ ਚੁੱਕੇ ਨੇ ਔਰ ਆਮ ਆਦਮੀ ਪਾਰਟੀ ਦੀ ਇਹ ਸ਼ੋਰ ਸ਼ੋਟ ਸਾਡੀ ਹੈ ਵਿਦ ਗਰੰਟੀ, ਸਾਡੇ ਲੋਕਾਂ ਦੇ ਆਸ਼ਵਾਸਨ ਨਾਲ, ਲੋਕਾਂ ਦੇ ਆਸ਼ੀਰਵਾਦ ਨਾਲ, ਜਿਸ ਤਰੀਕੇ ਨਾਲ ਅਸੀਂ ਲੋਕਾਂ 'ਚ ਵਿਚਰ ਰਹੇ ਹਾਂ, ਸਾਰੇ 9 ਦੇ 9 MLA ਔਰ ਜਿਹੜੇ ਹਲਕਿਆਂ 'ਚ ਪੱਪੀ ਜੀ ਜਾਂਦੇ ਨੇ ਸਾਡੇ ਜਿਹੜੇ ਲੋਕ ਸਭਾ ਤੋਂ ਉਮੀਦਵਾਰ ਨੇ, ਜਿੰਨਾ ਭਰਵਾਂ ਹੁੰਗਾਰਾ ਔਰ ਜਿੰਨਾ ਲੋਕ ਪਿਆਰ ਨਾਲ ਸਾਨੂੰ ਮਿਲਦੇ ਰਹੇ, ਸਾਡਾ ਕੋਈ ਕਿਤੇ ਵਿਰੋਧ ਨਹੀਂ ਹੈ ਪਹਿਲੀ ਗੱਲ, ਜਿੱਥੇ ਭਾਵੇਂ ਪਿੰਡਾਂ 'ਚ ਜਾਈਏ ਭਾਵੇਂ ਸ਼ਹਿਰਾਂ 'ਚ ਜਾਈਏ, ਲੋਕ ਅੱਖਾਂ 'ਤੇ ਚੱਕਦੇ ਨੇ, ਪਿਆਰ ਕਰਦੇ ਨੇ, ਉਹ ਇਸ ਕਰਕੇ ਕਿ ਅਸੀਂ ਉਹਨਾਂ ਦੇ ਆਪਦੇ ਚੁਣੇ, ਉਹਨਾਂ ਦੀ ਪਸੰਦ ਦੇ ਨੁਮਾਇੰਦੇ ਹਾਂ, ਇਸ ਕਰਕੇ ਬਿਲਕੁਲ ਸਾਨੂੰ ਕੋਈ ਫਿਕਰ ਨਹੀਂ, ਭਾਵੇਂ ਰਾਜਾ ਵੜਿੰਗ ਜੀ ਆ ਜਾਣ, ਭਾਵੇਂ ਆਪਣੇ ਰਾਹੁਲ ਗਾਂਧੀ ਜੀ ਆ ਜਾਣ, ਪ੍ਰਿਯੰਕਾ ਗਾਂਧੀ ਜੀ ਆ ਜਾਣ, ਭਾਵੇਂ ਕੋਈ ਆ ਜਾਵੇ, ਸਾਨੂੰ ਉਸ ਚੀਜ਼ ਨਾਲ ਕੋਈ ਲੜਾਈ ਨਹੀਂ ਜੀ। ਅੱਛਾ ਸਰ, ਲੱਗਦਾ ਵਾ ਕਿ ਇਹ ਸੀਟ ਸਭ ਤੋਂ ਜ਼ਿਆਦਾ ਅਹਿਮ ਮੰਨੀ ਜਾ ਰਹੀ ਹੈ, ਤਾਂ ਹੀ ਸ਼ਾਇਦ। ਦੇਖੋ, ਲੁਧਿਆਣਾ ਜੋ ਪੰਜਾਬ ਦਾ ਇੱਕ ਮਾਨਚੈਸਟਰ ਸਿਟੀ ਹੈ, ਪੰਜਾਬ ਦਾ ਦਿਲ ਹੈ ਲੁਧਿਆਣਾ, ਕੱਲ੍ਹ ਮਾਨ ਸਾਹਿਬ ਵੀ ਮਾਨਯੋਗ ਸਾਡੇ ਮੁੱਖ ਮੰਤਰੀ ਸਾਹਿਬ ਕਹਿ ਕੇ ਗਏ ਆ ਕਿ ਪੰਜਾਬ ਦਾ ਦਿਲ ਆ ਲੁਧਿਆਣਾ, ਅਤੇ ਬਾਕੀ ਅਸੀਂ ਉਸ ਦਿਲ 'ਚ ਵੱਸਦੇ ਹਾਂ, ਇਹ ਦਿਲ ਦੀ ਧੜਕਣ ਆ ਅਸੀਂ ਪੰਜਾਬ ਦੇ ਸਾਰੇ ਲੋਕ, ਆਮ ਆਦਮੀ ਪਾਰਟੀ ਔਰ ਬਹੁਤ ਵਧੀਆ, ਸਾਨੂੰ ਪੂਰਾ ਮਤਲਬ ਆਪਣੇ ਲੋਕਾਂ 'ਤੇ, ਆਪਣੇ ਵੋਟਰਸ 'ਤੇ ਯਕੀਨ ਆ ਕਿ ਜਿਸ ਤਰੀਕੇ ਨਾਲ ਅਸੀਂ 2 ਸਾਲ ਦੇ ਵਿੱਚ ਪੰਜਾਬ ਦੇ ਲੋਕਾਂ ਵਾਸਤੇ ਇੰਨੇ ਕੰਮ ਕੀਤੇ ਨੇ, ਉਹਨਾਂ ਦੇ ਆਪਦੇ ਬਣਾਏ ਹੋਏ ਨੁਮਾਇੰਦਿਆਂ ਨੇ, ਔਰ ਉਹਦੇ ਲਈ ਲੋਕਾਂ ਦਾ ਸਾਡੇ 'ਤੇ ਪੂਰਨ ਵਿਸ਼ਵਾਸ ਹੈ ਇਸ ਟਾਈਮ, ਔਰ ਗੱਜ ਵੱਜ ਕੇ 1 ਤਰੀਕ ਨੂੰ ਉਡੀਕ ਰਹੇ, 1 ਜੂਨ ਆਵੇ ਅਤੇ ਅਸੀਂ ਗੱਜ ਵੱਜ ਕੇ ਝਾੜੂ ਦਾ ਬਟਨ ਦਬਾ ਕੇ ਆਪਣਾ ਉਮੀਦਵਾਰ ਸ਼ੋਕ ਪ੍ਰਸ਼ਦ ਪੱਪੀ ਨੂੰ ਜਿਤਾ ਕੇ ਭੇਜੀ। ਸਰ, ਤੁਹਾਨੂੰ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਤ੍ਰਿਕੋਣਾ ਮੁਕਾਬਲਾ ਇਸ ਵੇਲੇ ਲੁਧਿਆਣਾ ਸੀਟ 'ਤੇ ਬਣਿਆ ਆ, ਪਰ ਕਿਤੇ ਨਾ, ਕਿਉਂਕਿ ਇੱਕ ਪਾਸੇ ਰਵਨੀਤ ਸਿੰਘ ਬਿੱਟੂ, ਦੂਜੇ ਪਾਸੇ ਰਾਜਾ ਵੜਿੰਗ ਖੁਦ ਆ ਰਹੇ ਨੇ, ਅਤੇ ਤੀਜੇ ਪਾਸੇ ਅਸ਼ੋਕ ਪ੍ਰਸ਼ਦ ਪੱਪੀ, ਇਹ ਅਸ਼ੋਕ ਪ੍ਰਸ਼ਦ ਪੱਪੀ ਕਿਤੇ ਨਾ ਕਿਤੇ ਥੋੜ੍ਹਾ ਵੀਕ ਕੈਂਡੀਡੇਟ ਨੇ? ਕੌਣ ਕਹਿੰਦਾ ਵੀ? ਦੂਜੇ ਜਿਹੜੇ ਵਿਰੋਧੀ ਪਾਰਟੀ ਵਾਲੇ ਕਹਿ ਰਹੇ, ਦੇਖੋ ਜਿਹੜੇ ਵਿਰੋਧੀ ਪਾਰਟੀ, ਪਤਾ ਕੀ ਆ, ਵਿਰੋਧੀ ਤਾਂ ਆਪ ਹੀ ਕਮਜ਼ੋਰ ਹੋ ਚੁੱਕੇ ਨੇ, ਉਹ ਤਾਂ ਆਪ ਇਸ ਟਾਈਮ ਵੈਂਟੀਲੇਟਰ 'ਤੇ ਨੇ, ਠੀਕ ਹੈ, ਉਹ ਇਸ ਟਾਈਮ ਵੈਂਟੀਲੇਟਰ 'ਤੇ ਨੇ, ਉਹਨਾਂ ਨੂੰ ਮਹਿਸੂਸ ਹੋ ਰਿਹਾ ਵੀ ਅਸੀਂ ਕਰੀਏ ਤਾਂ ਜਾਈਏ ਤਾਂ ਜਾਈਏ ਕਿੱਧਰ ਨੂੰ, ਭੰਡਣ ਤੋਂ ਇਲਾਵਾ ਕੰਮ ਕੋਈ ਨਹੀਂ। ਰਵਨੀਤ ਸਿੰਘ ਬਿੱਟੂ ਨੂੰ ਲੋਕਾਂ ਨੇ 10 ਸਾਲ ਹੰਡਾ ਲਿਆ, ਦੇਖ ਲਿਆ ਲੋਕਾਂ ਨੇ ਕੀ ਕਰ ਰਿਹਾ ਕੀ ਨਹੀਂ, ਠੀਕ ਹੈ। ਰਾਜਾ ਵੜਿੰਗ ਦਾ ਆਪਦੇ ਹੀ ਤੁਹਾਨੂੰ ਪਤਾ ਹੀ ਹੈ ਆਪਣੀ ਉਹਦੀ ਪਾਰਟੀ 'ਚ ਕੀ ਆਧਾਰ ਹੈ, ਠੀਕ ਹੈ, ਕੁਰਸੀ ਦੀਆਂ ਲੱਤਾਂ 4 ਉਹਦੀਆਂ, ਕੁਰਸੀ ਦੀਆਂ ਲੱਤਾਂ 4 ਲੀਟਰ ਤਾਂ ਪਹਿਲੇ ਚਿਬੜੇ ਹੋਏ ਨੇ, ਅਤੇ ਇਸ ਕਰਕੇ ਔਰ ਦੂਸਰਾ ਹੋਰ ਪਾਰਟੀ ਰਹਿ ਕਿਹੜੀ ਗਈ ਆ, ਅਸੀਂ ਤਾਂ ਨਵੇਂ ਹਾਂ, ਸਾਨੂੰ ਲੋਕ ਦੇਖ ਰਹੇ ਨੇ, ਲੋਕ ਸਾਨੂੰ ਵਰਤ ਰਹੇ ਨੇ, ਲੋਕ ਸਾਨੂੰ ਸਾਡੇ ਤੋਂ ਕੰਮ ਲੈ ਰਹੇ ਨੇ, ਸਾਡਾ ਜੋ ਕੰਮਾਂ ਦਾ ਕਰਨ ਦਾ ਢੰਗ ਹੈਗਾ ਲੋਕਾਂ ਨੂੰ ਪਸੰਦ ਆ, ਅਤੇ ਇਸ ਕਰਕੇ ਗੱਲਾਂ ਦੇ ਕੜਾਵਾਂ ਨਾਲ ਅਤੇ ਕਮਜ਼ੋਰ ਕਹਿਣ ਨਾਲ ਤਾਂ ਕੋਈ ਕਮਜ਼ੋਰ ਹੋ ਨਹੀਂ ਨਾ ਜਾਂਦਾ, ਅਤੇ ਇਸ ਕਰਕੇ ਇਹਨਾਂ ਦੇ ਜਿਹੜੇ ਮਨਾਂ ਦੇ ਵਹਿਮ ਆ ਸਾਡੇ ਪੰਜਾਬ ਦੇ ਲੋਕਾਂ ਨੇ, ਸਾਡੇ ਖਾਸ ਕਰ ਲੁਧਿਆਣਵੀਜ ਨੇ, ਐਨ ਪੂਰੀ ਤਰ੍ਹਾਂ ਕੱਢ ਦੇਣੇ ਆ, ਕਿਉਂਕਿ ਪਿੱਛੇ ਜਿਹੜੇ 10 ਸਾਲਾਂ 'ਚ ਇਹਨਾਂ ਨੇ ਸਾਡੇ ਲੋਕਾਂ ਦਾ ਭਾਵਨਾਵਾਂ ਦਾ ਖਿਲਵਾੜ ਕੀਤਾ ਨਾ, ਪੁਰਾਣੇ ਜਿਹੜੇ ਮੰਤਰੀ ਅਤੇ ਤੁਹਾਡੇ MP ਸੀਗੇ, ਠੀਕ ਹੈ ਨਾ, ਉਹ ਦੇਖ ਚੁੱਕੇ ਇਹਨਾਂ ਦੇ ਜੁਰਮਲੇਬਾਜ਼ੀ, ਜੋ ਫਿੱਕੀ ਦੁਕਾਨ ਕਹਿੰਦੇ, ਉੱਚੀ ਦੁਕਾਨ ਫਿੱਕਾ ਪਕਵਾਨ, ਠੀਕ ਹੈ ਨਾ, ਅਤੇ ਬਿੱਟੂ ਗੱਪੋਂ ਕੀ ਦੁਕਾਨ, ਤੋ ਪੁਰਾਣੇ ਮੰਜੇ ਕੀ ਬਾਣ, ਠੀਕ ਹੈ, ਇਹ ਉਹ ਚੀਜ਼ਾਂ ਸਭ ਦੇਖ ਚੁੱਕੇ ਨੇ ਲੋਕ, ਇਸ ਕਰਕੇ ਹੁਣ ਕੁਛ ਨਹੀਂ ਹੈਗਾ, ਅਤੇ ਅਸ਼ੋਕ ਪ੍ਰਸ਼ਦ ਪੱਪੀ ਸਾਡਾ ਇੱਕ ਧਾਕੜ ਔਰ ਜ਼ਿੰਦਾ ਦਿਲ ਔਰ ਲੋਕਾਂ ਦਾ ਹਰਮਨ ਪਿਆਰਾ ਇੱਕ ਉਹ ਕੈਂਡੀਡੇਟ ਹੈਗਾ, ਔਰ ਜਿੱਤ ਕੇ ਲੋਕ ਤਿਆਰ ਬੈਠੇ ਆ, ਬਸ ਜਿੱਤ ਦਾ ਐਲਾਨ ਹੋਣਾ ਬਾਕੀ। ਸਰ, ਤੁਹਾਨੂੰ ਲੱਗਦਾ ਕਿ ਇਸ ਸੀਟ ਦੇ ਉੱਤੇ ਓਵਰਆਲ ਅਸੀਂ ਜੇਕਰ ਗੱਲ ਕੀਤੀ ਜਾਵੇ ਤਾਂ ਕਾਂਗਰਸ ਵਰਸ ਕਾਂਗਰਸ ਹੀ ਹੋ ਗਈ ਹੈ, ਕਿਉਂਕਿ ਰਵਨੀਤ ਸਿੰਘ ਬਿੱਟੂ ਵੀ ਕਾਂਗਰਸ 'ਚੋਂ ਗਏ, ਠੀਕ ਹੈ, ਔਰ ਰਾਜਾ ਵੜਿੰਗ ਖੁਦ ਕਾਂਗਰਸ ਸੀ, ਅਤੇ ਅਸ਼ੋਕ ਪ੍ਰਸ਼ਦ ਪੱਪੀ ਵੀ ਕਾਂਗਰਸ 'ਚੋਂ ਹੀ ਗਏ ਸੀਗੇ, ਤਾਂ
ਇਹ ਤਾਂ ਮੈਂ ਵੀ ਕਾਂਗਰਸ 'ਚ ਗਿਆ ਸੀ, ਕੋਈ ਗੱਲ ਨਹੀਂ। ਕਾਂਗਰਸ ਦੀਆਂ ਨੀਤੀਆਂ ਕੀ ਸੀਗੀਆਂ ਇਹ ਤਾਂ ਦੇਖੋ ਨਾ। ਕਾਂਗਰਸ ਅੱਜ ਖਤਮ ਕਿਉਂ ਹੋ ਗਈ? ਕਿਉਂਕਿ ਜਦੋਂ ਉਹਨਾਂ ਨੇ ਪਤਾ ਨਹੀਂ ਕਰਤਾ, ਵਰਕਰਾਂ ਨੂੰ ਖਾਣਾ ਸ਼ੁਰੂ ਕਰਤਾ, ਬੱਚੇ ਖਾਣੀ ਮਾਂ ਬਣ ਗਈ, ਅਤੇ ਫਿਰ ਕਾਂਗਰਸ ਹੈ ਕਿਹੜਾ? ਇਸ ਕਰਕੇ ਇਹ ਤਾਂ ਹੁਣ ਕੌਣ ਕਿੱਥੇ ਸੀ, ਕੌਣ ਕਿੱਥੇ ਸੀ, ਹੁਣ ਬਿੱਟੂ ਵੀ ਕਿੱਥੇ ਅੱਜ ਹੋ ਗਏ? ਉਹ ਵੀ ਮੋਦੀ ਵਾਸ਼ਿੰਗ ਬਾਰਡਰ ਨਿਰਮਾ ਦੇ ਵਿੱਚ ਡਰਾਈਕਲੀਨ ਹੋ ਕੇ ਅਤੇ BJP ਦੀ ਉਹ ਗੱਡੀ 'ਚ ਬੈਠੇ ਅੱਜ ਉਹ ਆਪਣੇ ਪੁਰਾਣੇ ਦਾਗ ਲੁਕਾਉਣ ਦੀ ਖਾਤਰ। ਪਰ ਉਹ ਦਾਗ ਤਾਂ ਲੋਕਾਂ ਦੇ ਮਨਾਂ 'ਚ ਲੱਗ ਗਏ ਨਾ, ਉਹਨੇ ਆਪਦੇ ਕੱਪੜੇ ਦੇ ਆਪਣੇ ਕੱਪੜਿਆਂ ਦੇ ਦਾਗ ਤਾਂ ਮਟੇਲੇ ਹੋਣੇ ਆ ਮੋਦੀ ਵਾਸ਼ਿੰਗ ਬਾਰਡਰ 'ਚ ਜਾ ਕੇ, ਪਰ ਜਿਹੜੇ ਲੋਕਾਂ ਦੇ ਮਨਾਂ 'ਚ ਉਹਦੇ ਦਾਗ ਪੈ ਚੁੱਕੇ ਆ, ਉਹ ਤਾਂ ਨਾ ਮਿਟਣ ਵਾਲੇ ਨੇ ਹਮੇਸ਼ਾ।